ਪਿਆਰੇ ਬੱਚਿਓ ਅੱਜ ਉਹ ਸਿੱਖੀਏ ਅੱਜ ਦੀ ਸਲਾਈਡ ਤਾਂ ਬੱਚਿਓ ਅੱਜ ਦਾ ਦਿਨ ਹੈ ਸ਼ੁੱਕਰਵਾਰ ਅੱਜ ਦੀ ਮਿਤੀ ਹੈ 12 ਫਰਵਰੀ 2021 ਅੱਜ ਦਾ ਵਿਚਾਰ ਤਾਂ ਬੱਚਿਓ ਅੱਜ ਦਾ ਵਿਚਾਰ ਹੈ ਕਿਤਾਬਾਂ ਸਾਡੀਆਂ ਮਿੱਤਰ ਹਨ ਹਾਂਜੀ ਬੱਚਿਓ ਬਹੁਤ ਵਧੀਆ ਹੈ ਅੱਜ ਦਾ ਵਿਚਾਰ ਕਿ ਕਿਤਾਬਾਂ ਸਾਡੀਆਂ ਬਹੁਤ ਵਧੀਆ ਮਿੱਤਰ ਹਨ ਇਹ ਸਾਡੀਆਂ ਸਦਾਬਹਾਰ ਦੋਸਤ ਹਨ ਬੱਚਿਓ ਕਿਤਾਬਾਂ ਅਜਿਹੇ ਸ਼ਾਹੀ ਖਜ਼ਾਨਾ ਹਨ ਜਿੰਨਾ ਵਿੱਚ ਅਮੁੱਲ ਗਿਆਨ ਵਿਚਾਰ ਅਤੇ ਭਾਵਨਾਵਾਂ ਦਾ ਸੰਗ੍ਰਹਿ ਹੁੰਦਾ ਹੈ ਭਾਵੇਂ ਅੱਜ ਟੀਵੀ ਕੰਪਿਊਟਰ ਆਦਿ ਸਾਧਨਾ ਨੇ ਮਨੁੱਖੀ ਜੀਵਨ ਵਿੱਚ ਸਥਾਨ ਬਣਾ ਲਿਆ ਹੈ ਪਰੰਤੂ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਸਾਥੀ ਹਨ ਕਿਤਾਬ ਪੜਨ ਨਾਲ ਮਨੁੱਖ ਦਾ ਨਾ ਸਿਰਫ ਗਿਆਨ ਵਧਦਾ ਹੈ ਸਗੋਂ ਨਜ਼ਰੀਆ ਵੀ ਵਿਸ਼ਾਲ ਹੁੰਦਾ ਹੈ ਕਿਤਾਬਾਂ ਦਾ ਗਿਆਨ ਮਨੁੱਖ ਨੂੰ ਜਿੱਥੇ ਵਧੀਆ ਸੁਚਾਰੂ ਯੋद्धा ਅਤੇ ਹਿੰਮਤੀ ਇਨਸਾਨ ਬਣਾ ਸਕਦਾ ਹੈ ਉੱਥੇ ਸਰਵੋਤਮ ਭੂਮਿਕਾ ਵੀ ਨਿਭਾਉਂਦੀ ਹੈ ਬੱਚਿਓ ਕਿਤਾਬਾਂ ਬਾਰੇ ਮੈਂ ਕੁਝ ਚਾਰ ਲਾਈਨਾਂ ਤੁਹਾਨੂੰ ਦੱਸਣ ਜਾ ਰਹੀ ਹਾਂ ਧਿਆਨ ਨਾਲ ਸੁਣਨਾ ਕੋਈ ਮਹਿਬੂਬ ਨਹੀਂ ਸੋਨਾ ਕਿਤਾਬ ਵਰਗਾ रंग फुल नीमन मोहना किताब वर्गा किताबा हर वेले साथ दिंदिया ओ बच्चो कोई दोस्त नहीं होना किताब वर्गा कोई दोस्त नहीं होना किताब वर्गा चलो अगे वधिए ज्ञान विज्ञान दे प्रश्न वाल तो बच्चो ज्ञान विज्ञान दा पहला प्रश्न है भारत दे पहले प्रधानमंत्री कौन सन हाँ जी तो बच्चो ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਰ ਲਾਲ ਨਹਿਰੂ ਜੀ ਸਨ। ਇਨਾਂ ਬਾਰੇ ਥੋੜੀ ਜਾਣਕਾਰੀ ਲੋ। ਬੱਚਿਓ, ਇਨਾਂ ਦਾ ਜਨਮ 14 ਨਵੰਬਰ 1899 ਈਸਵੀ ਦੇ ਵਿੱਚ ਇਲਾਹਾਬਾਦ ਵਿਖੇ ਪਿਤਾ ਮੋਤੀ ਲਾਲ ਨਹਿਰੂ ਜੀ ਦੇ ਘਰ ਹੋਇਆ। ਆਪ ਜੀ ਦੇ ਮਾਤਾ ਜੀ ਦਾ ਨਾਮ ਸਵਰੂਪ ਰਾਨੀ ਨਹਿਰੂ ਸੀ। 1919 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਨਾਂ ਨੇ 1920 ਤੋਂ 22 ਤੱਕ ਨਾ ਮਿਲਵਰਤਨ ਅੰਦੋਲਨ ਵਿੱਚ ਹਿੱਸਾ ਲਿਆ। ਇਨਾਂ ਨੇ 26 ਜਨਵਰੀ 1930 ਨੂੰ ਲਾਹੌਰ ਵਿੱਚ ਆਜ਼ਾਦ ਭਾਰਤ ਦਾ ਝੰਡਾ ਲਹਿਰਾਇਆ। 1942 ਵਿੱਚ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 1945 ਵਿੱਚ ਇਨਾਂ ਨੂੰ ਛੱਡ ਦਿੱਤਾ ਗਿਆ। ਬੱਚਿਓ 1947 ਵਿੱਚ ਭਾਰਤ ਦੀ ਆਜ਼ਾਦੀ ਹੋਈ ਅਤੇ ਮਤਦਾਨ ਹੋਇਆ। ਤਾਂ ਇਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ 1955 ਈਸਵੀ ਵਿੱਚ ਇਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਚਲੋ ਅੱਗੇ ਵਧੀਏ ਅੱਜ ਦਾ ਦੂਸਰਾ ਪ੍ਰਸ਼ਨ ਤਾਂ ਬੱਚੋ ਅੱਜ ਦਾ ਦੂਸਰਾ ਪ੍ਰਸ਼ਨ ਹੈ ਵਾਗਾ ਬਾਰਡਰ ਜਾਂ ਅਟਾਰੀ ਬਾਰਡਰ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਤਾਂ ਬੱਚੋ ਵਾਗਾ ਬਾਰਡਰ ਜਾਂ ਅਟਾਰੀ ਬਾਡਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਬਾਰੇ ਥੋੜੀ ਜਾਣਕਾਰੀ ਲੋ ਬੱਚਿਓ ਇਹ ਸਿੱਖਾਂ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਦੇ 25 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਇਹ ਭਾਰਤ ਦੀ ਰਾਸਤਾਨੀ ਦਿੱਲੀ ਨੂੰ ਲਾਹੌਰ ਪਾਕਿਸਤਾਨ ਨਾਲ ਜੋੜਨ ਵਾਲੀ ਰੇਲਵੇ ਲਾਈਨ ਦੇ ਰੂਟ ਦਾ ਆਖਰੀ ਸਟੇਸ਼ਨ ਹੈ ਚਲੋ ਅੱਗੇ ਵਧিয়ে ਅੱਜ ਦਾ ਤੀਸਰਾ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਤੀਸਰਾ ਪ੍ਰਸ਼ਨ ਹੈ ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ ਸੀ ਹਾਂਜੀ ਬੱਚਿਓ ਸ਼ਹੀਦ ਸੁਖਦੇਵ ਜੀ ਬਾਰੇ ਆਪਾਂ ਪੜਿਆ ਹੀ ਐ ਇਹਨਾਂ ਦਾ ਜਨਮ ਲੁਧਿਆਣਾ ਪੰਜਾਬ ਵਿੱਚ ਹੋਇਆ ਬੱਚਿਓ ਇਹਨਾਂ ਦਾ ਜਨਮ ਲੁਧਿਆਣੇ ਜ਼ਿਲ੍ਹਾ ਦੇ ਨੋਗਰੇ ਮੁਹੱਲੇ ਵਿੱਚ 15 ਮਈ 1907 ਈਸਵੀ ਨੂੰ ਹੋਇਆ ਸੀ ਬੱਚਿਓ ਇਹਨਾਂ ਦੇ ਮਾਤਾ ਜੀ ਦਾ ਨਾਮ ਰਲੀ ਦੇਵੀ ਤੇ ਪਿਤਾ ਜੀ ਦਾ ਨਾਮ ਲਾਲਾ ਰਾਮ ਥਾਪਰ ਜੀ ਸੀ ਬੱਚਿਓ ਇਹਨਾਂ ਨੇ क्रांतिकारी ਸੰਘਰਸ਼ਾਂ ਬਾਰੇ ਡੂੰਘਾਈ ਨਾਲ ਅਧਿਐਨ ਕੀਤਾ 1 ਫਰਵਰੀ 1922 ਈਸਵੀ ਵਿੱਚ ਜਦੋਂ ਨਾਮਿਲਵਰਤਨ ਅੰਦੋਲਨ ਗਾਂਧੀ ਜੀ ਨੇ ਵਾਪਸ ਲੈ ਲਿਆ ਸੀ ਉਸ ਸਮੇਂ ਸੁਖਦੇਵ ਤੇ ਭਗਤ ਸਿੰਘ ਦੀ ਮਿੱਤਰਤਾ ਹੋਈ ਸੀ ਬੱਚਿਓ 23 ਮਾਰਚ 1931 ਈਸਵੀ ਨੂੰ ਇਸ ਮਹਾਨ ਪਰਵਾਨੇ ਸੁਖਦੇਵ ਨੂੰ 23 ਸਾਲ 9 ਮਹੀਨੇ ਤੇ 23 ਦਿਨ ਦੀ ਉਮਰ ਵਿੱਚ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਸ਼ਾਮ ਨੂੰ 7:35 ਵਜੇ ਫਾਂਸੀ ਦਿੱਤੀ ਗਈ ਚਲੋ ਅੱਗੇ ਵਧਿਏ ਅਗਲਾ ਪ੍ਰਸ਼ਨ ਸੰਖਿਆ 8204 ਵਿੱਚ ਦੋ ਦਾ ਸਥਾਨਕ ਮੁੱਲ ਕੀ ਹੈ ਹਾਂਜੀ ਤਾਂ ਬੱਚਿਓ ਉਹਨਾਂ ਨੇ ਦੋ ਦਾ ਸਥਾਨਕ ਮੁੱਲ ਪੁੱਛਿਆ ਹੈ ਤਾਂ ਦੋ ਸੈਂਕੜੇ ਦੇ ਸਥਾਨ ਤੇ ਹੈ ਤਾਂ 8204 ਵਿੱਚ 2 ਦਾ ਸਥਾਨਕ ਮੁੱਲ 200 ਹੋਵੇਗਾ ਚਲੋ ਅੱਗੇ ਵਧੀਏ ਅੱਜ ਦਾ ਪੰਜਵਾਂ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਪੰਜਵਾਂ ਪ੍ਰਸ਼ਨ ਹੈ ਕਿਸ ਭਾਸ਼ਾ ਵਿੱਚ ਇਸ਼ਾਰਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਹਾਂਜੀ ਤਾਂ ਬੱਚਿਓ ਉਹ ਕਿਹੜੀ ਭਾਸ਼ਾ ਹੈ ਜਿੰਦੇ ਵਿੱਚ ਅਸੀਂ ਇਸ਼ਾਰਿਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਭਾਸ਼ਾ ਹੈ ਸੰਕੇਤ ਭਾਸ਼ਾ ਸੰਕੇਤ ਦਾ ਅਰਥ ਹੁੰਦਾ ਹੈ ਕਿਸੇ ਨੂੰ ਇਸ਼ਾਰਾ ਕਰਨਾ ਕਿਸੇ ਨੂੰ ਇਸ਼ਾਰੇ ਨਾਲ ਸਮਝਾਉਣਾ ਚਲੋ ਅੱਗੇ ਵਧੀਏ ਆਓ ਬੁੱਝੀਏ ਤਾਂ ਬੱਚਿਓ ਅੱਜ ਦੀ ਬੁਝਾਰਤ ਹੈ ਧਿਆਨ ਨਾਲ ਸੁਣੋ ਅੱਠ ਪੈਨਾ ਦੋ ਭਰਾ ਰਲ ਮਿਲ ਰਹਿੰਦੇ ਉਹ ਸਦਾ ਹਾਂਜੀ ਬੱਚਿਓ ਬਹੁਤ ਵਧੀਆ ਹੈ ਬੁਝਾਰਤ ਦੇਖੋ ਬੱਚਿਓ ਅੱਠ ਪੈਨਾ ਨੇ ਦੋ ਭਰਾ ਨੇ ਤੇ ਸਾਰੇ ਰਲ ਮਿਲ ਕੇ ਰਹਿੰਦੇ ਨੇ ਦੱਸੋ ਇਸ ਦਾ ਸਹੀ ਉੱਤਰ ਹਾਂਜੀ ਤਾਂ ਇਸ ਦਾ ਸਹੀ ਉੱਤਰ ਹੈ ਉਂਗਲਾਂ ਤੇ ਅੰਗੂਠਾ ਹਾਂਜੀ ਬੱਚਿਓ ਦੇਖੋ ਅੱਠ ਆਪਣੀਆਂ ਉਂਗਲਾਂ ਹੁੰਦੀਆਂ ਨੇ ਤੇ ਦੋ ਆਪਣੇ ਅੰਗੂਠੇ ਹੁੰਦੇ ਨੇ ਤਾਂ ਉਂਗਲਾਂ ਪੈਣਾ ਹੋ ਗਿਆ ਤੇ ਦੋ ਅੰਗੂਠੇ ਆਪਣੇ ਭਰਾ ਹੋ ਗਏ ਚਲੋ ਅੱਗੇ ਵਧੀਏ ਅੱਜ ਦੇ ਸ਼ਬਦ ਤਾਂ ਬੱਚਿਓ ਅੱਜ ਦਾ ਪਹਿਲਾ ਸ਼ਬਦ ਹੈ ਹੰਗਰੀ ਹੰਗਰੀ ਹੁੰਦਾ ਹੈ ਭੁੱਖਾ ਅੱਜ ਦਾ ਦੂਸਰਾ ਸ਼ਬਦ ਹੈ ਥਰਸਟੀ ਥਰਸਟੀ ਹੁੰਦਾ ਹੈ ਪਿਆਸਾ ਅੱਜ ਦਾ ਤੀਸਰਾ ਸ਼ਬਦ ਹੈ ਸਨਨੀ ਸਨਨੀ ਹੁੰਦਾ ਹੈ ਉਜਾਲਾ ਅੱਜ ਦਾ ਚੌਥਾ ਸ਼ਬਦ ਹੈ ਵਾਰਮ ਵਾਰਮ ਹੁੰਦਾ ਹੈ ਗਰਮ ਅੱਜ ਦਾ ਪੰਜਵਾਂ ਸ਼ਬਦ ਹੈ ਸ਼ੈਡੀ ਸ਼ੈਡੀ ਹੁੰਦਾ ਹੈ ਛਾਂਦਾਰ